नवंबर 16 ਦੇ ਵਿੱਚ ਕਿਸੇ ਕਾਂਗਰਸੀ ਨੇ ਮੇਰੇ ਖਿਲਾਫ ਕਾਗਜ਼ ਨਹੀਂ ਭਰੇ ਸੀ। ਇਹ ਬੰਦਾ ਜਿਹੜਾ ਖੁਸ਼ੀ ਰਾਮ ਹੈ ਇਹ ਕਾਂਗਰਸ ਪਾਰਟੀ ਦਾ ਮੈਂਬਰ ਵੀ ਨਹੀਂ ਹੈ। ਜੈਤੋ ਦੇ ਸਾਬਕਾ ਐਮਸੀ ਰਣਵੀਰ ਚੰਦਰ ਪਵਾਰ ਜੋ ਕਿ 42 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਸੀ ਪਰ ਇਸ ਵਾਰ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। 10 ਸਾਲ ਤੱਕ 16 ਨੰਬਰ ਵਾਰਡ ਦੇ ਐਮਸੀ ਰਹੇ ਪਰ ਇਸ ਵਾਰ ਉਹਨਾਂ ਨੇ ਮੁਹੰਮਦ ਸਦੀਕ ਤੇ ਇਲਜ਼ਾਮ ਲਗਾਉਂਦੇ ਹੋਏ ਦੱਸਿਆ ਕਿ ਮੁਹੰਮਦ ਸਦੀਕ ਅਤੇ ਉਸ ਦੇ ਜਵਾਈ ਨੇ ਮਿਲ ਕੇ ਮੇਰੀ ਪਿੱਠ ਤੇ ਚੂਰਾ ਘੋਂਪਿਆ ਹੈ। ਹਾਈਕਮਾਂਡ ਨੂੰ ਦੋ ਦਫਾ ਮਿਲਿਆ। ਸਰਦਾਰ ਲਾਲ ਸਿੰਘ ਜਿਹੜੇ ਹੈਗੇ ਚੇਅਰਮੈਨ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਜੀ, ਆਸ਼ੂ ਜੀ ਮੰਤਰੀ ਜੀ ਔਰ ਕੈਪਟਨ ਸੰਧੂ ਜੀ ਨੂੰ ਮਿਲਿਆ ਮੈਂ ਔਰ ਲੋਕਾਂ ਨੇ 150-200 ਬੰਦਿਆਂ ਨੇ ਸਾਈਨ ਕਰਕੇ ਭੇਜੇ ਸੀ ਵੀ ਬੰਦਾ ਜਿਹੜਾ ਸਾਡਾ, ਕਿਉਂਕਿ ਮੈਂ ਉੱਥੇ ਪਹਿਲਾਂ ਵੀ ਐਮਸੀ ਰਿਹਾ ਹੈ, ਲੋਕਾਂ ਦੇ ਕੰਮ ਕੀਤੇ ਬਗੈਰ ਕਿਸੇ ਲਾਲਚ ਤੋਂ। ਉਹਨਾਂ ਨੇ ਮੈਨੂੰ ਯੈਸ ਕਰਤੀ ਸੀ। ਮੁੜ ਕੇ ਸਦੀਕ ਸਾਹਿਬ ਮੈਨੂੰ ਚੰਡੀਗੜ੍ਹ ਹੀ ਮਿਲ ਗਏ ਉਸ ਦਿਨ ਹੀ ਅਤੇ ਇਹਨਾਂ ਨੂੰ ਮੈਂ ਬੁਲਾਇਆ, ਇਹਨਾਂ ਨੇ ਮੇਰੇ ਨਾਲ ਅੱਖ ਨਹੀਂ ਮਿਲਾਈ। ਮੈਂ ਉਦੋਂ ਹੀ ਸਮਝ ਗਿਆ ਸੀ ਵੀ ਮੇਰੀ ਟਿਕਟ ਜਿਹੜਾ ਹੈ ਕਟਾਉਣ ਦੇ ਪੂਰੇ ਹੋ ਰਹੇ, ਕਿਉਂ ਵੀ ਪਤਾ ਨਹੀਂ ਉਹ ਬੰਦੇ 'ਚ ਕੀ ਲਾਲਚ, ਉਹ ਬੰਦਾ ਪਾਰਟੀ ਦਾ ਮੈਂਬਰ ਵੀ ਹੈ ਨਹੀਂ। ਉਹਨੂੰ ਗਲਤ ਜਿਹੜੀ ਕਾਂਗਰਸ ਪਾਰਟੀ ਵੱਲੋਂ ਫੋਰਮ ਆਇਆ ਸੀ, ਪਰਫੋਰਮ ਆਇਆ ਸੀ ਵੀ ਤੁਸੀਂ ਪਾਰਟੀ ਦੇ ਕਿੰਨੇ ਵਫ਼ਾਦਾਰ ਹੋ, ਕਿੰਨੇ ਸਾਲ ਪਾਰਟੀ 'ਚ ਕੰਮ ਕੀਤਾ ਹੈ, ਤੁਸੀਂ ਤੁਹਾਡੇ ਕੋਲ ਅਹੁਦਾ ਕੀ ਹੈ। ਉਹ ਬੰਦੇ ਕੋਲ ਝੂਠ ਫਾਰਮ ਭਰਾਇਆ ਗਿਆ। ਉਹ ਕਹਿੰਦੇ ਮੈਂ 25 ਸਾਲ ਪਾਰਟੀ 'ਚ ਕੰਮ ਕੀਤਾ, ਜਦੋਂ ਵੀ ਬੰਦਾ ਰਿਟਾਇਰ ਤਾਂ ਹੋ ਗਿਆ, ਸਾਲ ਹੀ ਹੋਇਆ। ਹਰ ਇੱਕ ਪੱਖੋਂ ਉਹਨੂੰ ਝੂਠ ਮਾਰੇਗਾ। ਇਹਦੇ ਵਿੱਚ ਬਹੁਤ ਮੈਨੂੰ ਬਦਬੂ ਆ ਰਹੀ ਹੈ ਭ੍ਰਿਸ਼ਟਾਚਾਰ ਦੀ, ਇਸ ਜਿਹੜਾ ਹੈ ਮੇਰੇ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ। ਸਦੀਕ ਸਾਹਿਬ ਨੇ ਮੇਰੀ ਪਿੱਠ ਚੋਰਾ ਮਾਰਿਆ। ਇਸ ਤਰ੍ਹਾਂ ਹੀ ਕਾਂਗਰਸ, ਮੈਂ ਇਹ ਵੀ ਗੱਲ ਕਹੀ ਸੀ, ਮੈਂ ਕਿਹਾ ਸਦੀਕ ਸਾਹਿਬ ਮੇਰਾ ਕਸੂਰ ਦੱਸੋ ਕੀ ਹੈ, ਮੇਰੀ ਟਿਕਟ ਤੁਸੀਂ ਕੱਟੀ ਹੈ, ਮੇਰਾ ਕਸੂਰ ਦੱਸੋ ਕੀ ਹੈ। ਲੇਕਿਨ ਉਹ ਕਹਿੰਦਾ 17 ਤੈਨੂੰ 17 ਦਾ ਮੇਰਾ ਮਤਲਬ ਨਹੀਂ, ਨਾ ਮੇਰੀ ਗੱਲ ਸਦੀਕ ਨਾਲ 17 ਦੀ ਹੋਈ ਹੈ, ਨਾ ਕੋਈ ਗੱਲ ਹੈ। ਮੇਰਾ ਵਾਰਡ 16 ਹੈ, ਮੇਰੀ ਬਰਾਦਰੀ ਦੇ 700 ਵੋਟ ਹੈ, ਮੈਂ ਉੱਥੇ ਕੰਮ ਕੀਤੇ ਹੈ, ਬਗੈਰ ਕਿਸੇ ਲਾਲਚ ਤੋਂ ਪਾਰਟੀ ਦੀ ਸੇਵਾ ਕੀਤੀ ਹੈ। ਮੈਂ ਸਦੀਕ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ, ਜਦੋਂ ਤੁਹਾਡੇ ਇਲੈਕਸ਼ਨ ਸੀ ਕੀ ਤੁਸੀਂ ਖੁਸ਼ੀ ਰਾਮ ਦੇਖਿਆ ਸੀ ਉੱਥੇ? ਸਾਰਾ ਕੰਮ ਤਾਂ ਮੈਂ ਹੀ ਕਰਦਾ ਸੀ, ਖੁਸ਼ੀ ਰਾਮ ਤਾਂ ਤੋਂ ਹਾਂ ਇੱਕ ਗੱਲ ਜ਼ਰੂਰ ਹੈ, ਜਿਹੜੀ ਪਿਛਲੇ ਨਗਰ ਕੌਂਸਲ ਚੋਣਾਂ ਹੋਈਆਂ ਸੀ ਖੁਸ਼ੀ ਰਾਮ ਦੇ ਬੇਟੇ ਨੂੰ ਬੀਜੇਪੀ ਤੋਂ ਟਿਕਟ ਮਿਲੀ ਸੀ ਔਰ ਉਹ ਬੁਰੀ ਤਰ੍ਹਾਂ ਹਾਰ ਗਿਆ ਸੀ, ਸਮਝ ਤੋਂ ਬਾਹਰ ਹੈਗੀ ਹੈ। ਮੈਂ ਕੋਈ ਕਾਗਜ਼ ਨਹੀਂ ਭਰੇ ਨਗਰ ਕੌਂਸਲ ਦੇ, ਮੈਂ ਕੱਟੜ ਕਾਂਗਰਸੀ ਹਾਂ, ਮੈਂ ਟਕਸਾਲੀ ਕਾਂਗਰਸੀ ਹਾਂ, ਮੈਂ ਕੋਈ ਕਾਗਜ਼ ਨਹੀਂ ਭਰੇ, ਟਿਕਟ ਨਹੀਂ ਮਿਲੀ, ਮੈਨੂੰ ਕੋਈ ਗਮ ਨਹੀਂ। ਪਰ ਸਦੀਕ ਸਾਹਿਬ ਨੇ ਮੇਰੀ ਪਿੱਠ ਵਿੱਚ ਖੰਜਰ ਮਾਰਿਆ, ਕੋ ਦੋਰਾ ਨਹੀਂ ਹੈ। ਪਰ ਮੈਂ ਕਾਂਗਰਸ ਪਾਰਟੀ ਦੀ ਸੇਵਾ ਪਹਿਲਾਂ ਦੀ ਤਰ੍ਹਾਂ ਕਰਦਾ ਰਵਾਂਗਾ ਅਤੇ ਇਨਸਾਫ ਲਈ ਮਰਨ ਵਰਤ ਤੇ ਬੈਠਣਾ ਪਿਆ ਤਾਂ ਮੈਂ ਬੈਠਾਂਗਾ। ਮੈਂ ਕਾਂਗਰਸੀ ਹਾਂ, ਮੈਂ ਟਕਸਾਲੀ ਕਾਂਗਰਸੀ ਹਾਂ, ਟਿਕਟ ਨਹੀਂ ਮਿਲੀ, ਮੈਂ ਨਾ ਪਾਰਟੀ ਛੱਡੂੰਗਾ ਨਾ ਮੈਂ ਫਾਰਮ ਭਰਿਆ। ਹੁਣ ਜਿਹੜਾ ਤੁਹਾਡਾ ਆਉਣ ਦਾ ਮਨ, ਜਿਹੜਾ ਭਵਿੱਖ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਪਾਰਟੀ ਦੇ ਸਮ ਕਾਂਗਰਸ ਸੇਵਾ ਕਰੂੰਗਾ, ਜ਼ਿਆਦਾ ਕਰੂੰਗਾ। ਕੋਈ ਸਦੀਕ ਦੀ ਕਾਂਗਰਸ ਨਹੀਂ ਹੈ, ਇਹ ਕਾਂਗਰਸ ਹੈ, ਇਹ ਜਿਹੜੀ ਕਾਂਗਰਸ ਹੈਗੀ ਹੈ ਇਹ ਕਾਂਗਰਸ ਪਾਰਟੀ ਹੈ। ਸ਼੍ਰੀ ਮਹਾਤਮਾ ਗਾਂਧੀ ਜੀ ਨੇ, ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਉਹਨਾਂ ਦੀ ਪਾਰਟੀ ਦਾ ਮੈਂਬਰ ਹਾਂ ਮੈਂ, ਸ਼੍ਰੀਮਤੀ ਇੰਦਰਾ ਗਾਂਧੀ ਜੀ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਕਾਂਗਰਸੀ ਹੈ ਅਤੇ ਕਾਂਗਰਸ ਰਹੂੰਗਾ, ਟਿਕਟ ਦਾ ਮੈਨੂੰ ਕੋਈ। ਤੁਸੀਂ ਪੰਜਾਬ ਤੱਕ ਤਾਂ ਆਵਾਜ਼ ਉਠਾ ਲਈ ਸੀ, ਕੀ ਤੁਸੀਂ ਇਸ ਮੁੱਦੇ ਨੂੰ ਲੈ ਕੇ ਸੈਂਟਰ ਤੱਕ ਜਾਓਗੇ? ਮੈਂ ਪੰਜਾਬ ਲੈਵਲ 'ਤੇ ਗਿਆ, ਮੇਰੇ ਤੁਸੀਂ ਅਖਬਾਰ ਪੜ੍ਹਿਆ ਹੋਊਗਾ, ਮੈਂ ਉੱਥੇ ਮਨ ਵਰਤ 'ਤੇ ਬੈਠੂੰਗਾ, ਮੈਂ ਇਨਸਾਫ ਮੰਗੂੰਗਾ ਵੀ ਮੈਨੂੰ ਟਿਕਟ ਜਿਹੜੀ ਮੇਰੀ ਕੱਟੀ ਗਈ ਹੈ, ਮੇਰਾ ਕਸੂਰ ਦੱਸੋ ਕੀ ਹੈ। ਭਾਰਤ ਸੰਦੇਸ਼ ਲਈ ਜੈਤੋ ਤੋਂ ਹੁਕਮ ਚੰਦ ਦੀ ਰਿਪੋਰਟ।